मोहम्मद इरफान, हाँ जी बोलो, कितों बोल रहे हो जी? पंजाब जी मैं पाकिस्तान तो गल कर रहा हूँ, पंजाब तो। तो असली पंजाब तो यार दे पंजाब तो अच्छा पाकिस्तान पंजाब तो दसो हुक्म करो सर जी, की है प्रॉब्लम, की मसला है? उस कैनेडा दे वीजे दे बारे गल करनी सी। मैं क्योंकि मेरे को मार्केटिंग दा भी है एक्सपीरियंस ते ड्राइव एलटीवी ड्राइवर दा भी लाइसेंस है, ओके ते मैं मतलब एफएससी कीती 2010 दे विच। फिर ओ तो बाद काम शम करदा रहा, प्राइवेट पढ़ाई छड़ दित्ती सी। ते ऑस्ट्रेलिया दा आइल्स भी दित्ता सी 2011 दे विच, ओ वे फिर स्टडी वीजे ते नहीं होया, फिर अपने कमां च पै गया। ਤੇ ਹੁਣ ਉਹ ਤੁਹਾਡੇ ਕੋਲ ਸੁਜੈਸ਼ਨ ਲੈਂਦੇ ਸੀ, ਤੁਸੀਂ ਕੀ ਗਾਈਡ ਕਰ ਦਿਓਗੇ? ਕੋਈ ਡਰਾਈਵਿੰਗ, ਕੋਈ ਜੌਬ, ਕੋਈ ਇਸ ਤਰ੍ਹਾਂ ਦਾ? ਸਰ ਜੀ, ਮੇਰਾ ਮੇਰਾ ਧੰਦਾ ਜਿਹੜਾ ਨਾ ਸਪਾਊਸ ਵੀਜ਼ਾ ਦਾ ਹੈ। ਮੈਂ ਪਹਿਲੀ ਗੱਲ, ਡਰਾਈਵਿੰਗ ਜੋਬ ਨਾਲ ਕੋਈ ਮੇਰਾ ਤਾਲੁਕਾਤ ਨਹੀਂ ਹੈ। ਡਰਾਈਵਿੰਗ ਜੋਬ ਲਈ ਤੁਹਾਨੂੰ ਕੋਈ ਵੀ ਜੋਬ ਆਫਰ, ਕੋਈ ਇੰਪਲੋਇਰ ਨੂੰ ਕੰਟੈਕਟ ਕਰਕੇ, ਰਾਬਤਾ ਕਾਇਮ ਕਰਕੇ, ਤੁਸੀਂ ਇੰਪਲੋਇਰ ਕੋਈ ਚਿੱਠੀ ਲਓ, ਜੋਬ ਆਫਰ ਲਓ ਕਿਸੇ ਟਰੱਕਿੰਗ ਕੰਪਨੀ ਤੋਂ। ਸਹੀ। ਸੋ ਤਾਂ ਹੀ ਜਾ ਕੇ ਫਿਰ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ, ਉਹਦੇ ਬਗੈਰ ਤੇ ਕੁਛ ਪਤਾ ਨਹੀਂ ਹਿਲਣਾ। ਸੋ ਅਨਫੋਰਚੁਨੇਟਲੀ ਅਨਫੋਰਚੁਨੇਟਲੀ ਮੇਰੀ ਹੈਲਪ ਕੋਈ ਇਹਦੇ ਵਿੱਚ ਹੋ ਨਹੀਂ ਸਕਦੀ, ਕਿਉਂਕਿ ਆਈ ਡੋਂਟ ਹੈਵ ਐਨੀ ਜੋਬਸ। ਮੈਂ ਜੋਬ ਦਾ ਪਲੇਸਮੈਂਟ ਦਾ ਕੰਮ ਨਹੀਂ ਕਰਦਾ। ਸਹੀ, ਬਿਲਕੁਲ ਸਹੀ। ਸਪਾਊਸ ਵੀਜ਼ਾ ਕੀ ਹੁੰਦਾ ਸਰ? ਉਹਦੇ ਕੀ ਮਤਲਬ ਕਿ ਕੋਈ ਰਾਸਤਾ ਨਿਕਲ ਸਕਦਾ ਮੇਰੇ ਲਈ? ਜਾਂ ਸਪਾਊਸ ਵੀਜ਼ਾ ਵੀ ਦੱਸ ਦਿੰਦੇ ਆ, ਸਪਾਊਸ ਵੀਜ਼ਾ ਸਿਰਫ ਉਹਨਾਂ ਲਈ ਹੈ ਜੋ 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 ਸਪਾਊਸ ਜੋ ਆਲਰੇਡੀ ਕੈਨੇਡਾ ਆਏ ਹੋਏ ਹੈ, ਜਿਨ੍ਹਾਂ ਦਾ ਸਪਾਊਸ ਵੀਜ਼ਾ, ਜਿਹਦਾ ਸਟੱਡੀ ਵੀਜ਼ਾ ਜਾਂ ਵਰਕ ਵੀਜ਼ਾ ਲੱਗਿਆ ਹੋਇਆ, ਉਹ ਆਪਣੇ ਪਾਰਟਨਰ ਨੂੰ ਮੰਗਾ ਸਕਦੇ ਹੈ। ਉਹ ਹੁੰਦਾ ਹੈ ਸਪਾਊਸ ਵੀਜ਼ਾ। ਇਹਲੀ ਕੰਡੀਸ਼ਨ ਸਿਰਫ ਕੈਨੇਡਾ ਚ ਜਾਂ USA ਵੀ ਅਪਲਾਈ ਹੋ ਸਕਦੀ ਹੈ? USA ਦਾ ਮੈਂ ਪ੍ਰੈਕਟਿਸ ਨਹੀਂ ਕਰਦਾ ਬ੍ਰਦਰ, ਲੇਕਿਨ ਮੈਨੂੰ ਥੋੜ੍ਹੀ ਬਹੁਤ ਜੋ ਨੌਲੇਜ ਹੈ ਜੋ ਇਸ, ਕਿਉਂਕਿ US ਮੈਂ ਪ੍ਰੈਕਟਿਸ ਕਰਦੇ ਕਾਫੀ ਚਿਰ ਹੋ ਗਿਆ ਮੈਨੂੰ, ਲੇਕਿਨ US ਵਿੱਚ ਜੋ ਪ੍ਰੋਬਲਮ ਹੈ ਉਹ ਵਿਚ ਆਈ ਮੀਨ ਮੇ ਬੀ ਰੋਂਗ, ਕਿ ਸਟੂਡੈਂਟ ਨੂੰ, ਜਿਹੜੇ ਸਟੂਡੈਂਟ ਜਿਹੜੇ ਪੜ੍ਹਦੇ ਹੈ US ਵਿੱਚ, ਉਹ ਆਪਣੇ ਪਾਰਟਨਰ ਨੂੰ ਲਿਆ ਨਹੀਂ ਸਕਦੇ। ਸਿਰਫ ਉਹ ਜਿਹੜੇ ਵਰਕ ਪਰਮਿਟ ਤੇ ਕਰਦੇ ਹੈ ਨਾ, ਜਿਸ ਤਰ੍ਹਾਂ H1B ਵੀਜ਼ਾ ਹੈ, ਉਹ ਤੇ ਲਿਆ ਸਕਦੇ। ਬਟ ਆਈ ਮੇ ਬੀ ਰੋਂਗ ਐਕਚੁਅਲੀ। ਸੋ ਮੇਰਾ ਮੇਰਾ ਅਸੰਪਸ਼ਨ ਹੈ ਕਿ ਵੀ ਸਟੂਡੈਂਟ ਅਮਰੀਕਾ ਦੇ ਆਪਣੇ ਪਾਰਟਨਰ ਨੂੰ ਲਿਆ ਨਹੀਂ ਸਕਦੇ। ਨਹੀਂ, ਮੈਂ ਸਟੂਡੈਂਟ, ਮੇਰਾ ਮਾਮੂ ਨੈਸ਼ਨਲ ਹੈ ਨਾ, ਅਮੈਰੀਕਨ ਅਮੈਰੀਕਨ ਨੈਸ਼ਨਲ ਹੈ, ਮੈਂ ਇਸ ਵਾਸਤੇ ਉਹਨਾਂ ਦੀ ਗੱਲ ਕਰ ਰਿਹਾ। ਉਹ ਕਰ ਸਕਦਾ, ਨੈਸ਼ਨਲ ਕਰ ਸਕਦਾ ਸਪਾਊਸ? ਨਹੀਂ, ਤੁਹਾਡੇ ਮਾਮੂ ਅਗਰ ਅਮਰੀਕਨ ਸਿਟੀਜ਼ਨ ਹੈ, ਤੁਹਾਨੂੰ ਕਿੱਦਾਂ ਸਪਾਂਸਰ ਕਰ ਸਕਦੇ ਹੈ? ਜੌਬ ਦੇ ਬਗੈਰ ਤੁਸੀਂ ਜਾ ਨਹੀਂ ਸਕਦੇ ਨਾ ਅਮਰੀਕਾ। ਜੌਬ ਤੁਹਾਨੂੰ ਚਾਹੀਦੀ ਹੈ ਅਮਰੀਕਾ ਵੀ, ਟੂ ਗੈਟ ਵਰਕ ਪਰਮਿਟ। ਸੋ ਉਹ ਜੌਬ ਭਾਵੇਂ ਤੁਹਾਨੂੰ ਮਾਮੂ ਦੇਣਗੇ ਜਾਂ ਕੋਈ ਹੋਰ ਦੇਗਾ, ਜੌਬ ਜੌਬ ਤੇ ਚਾਹੀਦੀ ਹੈ ਤੁਹਾਨੂੰ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਇਹ ਤੁਸੀਂ ਜਿਹੜੀ ਸਪਾਊਸ ਵੀਜ਼ੇ ਦੀ ਗੱਲ ਕਰਦੇ ਹੋ, ਮੈਂ ਉਹੀ ਕਹਿ ਰਿਹਾ ਕਿ ਬਲੱਡ ਰਿਲੇਸ਼ਨ ਆਉਂਦਾ ਜਾਂ ਉਹ ਜਿਸ ਪਾਰਟਨਰ, ਲਾਈਫ ਪਾਰਟਨਰ ਹੋਵੇ ਉਹ, ਜਾਂ ਪੇਰੈਂਟ ਲਾਈਫ ਹੋਵੇ? ਪਾਰਟਨਰ, ਲਾਈਫ ਪਾਰਟਨਰ, ਹਸਬੈਂਡ ਵਾਈਫ, ਸਿਰਫ ਹਸਬੈਂਡ ਵਾਈਫ? ਦੈਟਸ ਕਿਉਂਕਿ ਰਾਈਟ। ਉਹਨਾਂ, ਮੇਰੀ ਅੰਮੀ ਨਾਲ ਬਲੱਡ ਰਿਲੇਸ਼ਨ ਹੈ ਨਾ, ਉਹਨਾਂ ਨੂੰ ਉਹ ਕਰ ਸਕਦੇ ਰਹੇ ਆਪਣੀ ਸਿਸਟਰ ਨੂੰ? ਹਾਂ, ਅਮਰੀਕਨ ਸਿਟੀਜ਼ਨ ਜੋ ਹੈ ਆਪਣੀ ਮਦਰ ਨੂੰ ਸਪਾਂਸਰ ਕਰ ਸਕਦਾ, ਉਹ ਇੱਕ ਸੈਪਰੇਟ ਇਸ਼ੂ ਹੈ, ਉਹ ਇੱਕ ਫੈਮਿਲੀ ਸਪਾਂਸਰ, ਉਹ ਸੈਪਰੇਟ ਇਸ਼ੂ ਹੈ। ਅੰਮੀ ਨੂੰ ਕਰ ਸਕਦਾ, ਸਿਸਟਰ ਨੂੰ ਨਹੀਂ ਕਰ ਸਕਦਾ? ਆਈ ਐਮ ਨੋਟ ਸ਼ੋਰ ਅਬਾਊਟ ਐਕਚੁਅਲੀ। ਅਮਰੀਕਨ ਸਿਟੀਜ਼ਨ ਹੈ, ਸਿਸਟਰ ਨੂੰ ਵੀ ਕਰ ਸਕਦਾ ਹੈ ਐਕਚੁਅਲੀ। ਉਹਦੀ ਉਹਦੀ ਹਰ ਇੱਕ ਚੀਜ਼ ਦੀ ਪ੍ਰਾਇਰਟੀ ਹੈ, ਪ੍ਰਾਇਰਟੀ ਬਹੁਤ ਬਹੁਤ ਹੀ ਥੱਲੇ ਪ੍ਰਾਇਰਟੀ ਹੈ ਉਹਦੀ, ਮਤਲਬ ਨੰਬਰ ਉਹਦਾ ਆਏਗਾ ਮੇਰੇ ਖਿਆਲ 13 ਸਾਲ, 14 ਸਾਲ, 15 ਸਾਲ ਬਾਅਦ ਸ਼ਾਇਦ, ਇਸ ਤਰ੍ਹਾਂ ਦਾ ਕੁਛ ਹੈ। ਵੇਟਿੰਗ ਟਾਈਮ ਬਹੁਤ ਲੰਬਾ ਹੈ ਅੱਜ ਕੱਲ੍ਹ। ਸਹੀ। ਜਿਹੜੇ ਤੇ ਸਰ ਅਮਰੀਕਨ ਅਮਰੀਕਨ ਸਿਟੀਜ਼ਨ ਨੂੰ, ਅਗਰ ਅਮਰੀਕਨ ਸਿਟੀਜ਼ਨ ਅਗਰ ਆਪਣੇ, ਆਈ ਐਮ ਨਾਟ ਅ US ਇਮੀਗ੍ਰੇਸ਼ਨ ਲਾਇਸੈਂਸ ਅਟਾਰਨੀ ਹੈ, ਤੁਸੀਂ US ਇਮੀਗ੍ਰੇਸ਼ਨ ਲਾਇਰ ਨੂੰ ਮਿਲੋ ਜਾ ਕੇ, ਜਾਂ ਉਹਨਾਂ ਦੀ ਵੈਬਸਾਈਟ ਚੈੱਕ ਕਰੋ। ਮੈਂ ਤੁਹਾਨੂੰ ਇੱਕ ਜਨਰਲ ਆਈਡੀਆ ਦੇ ਰਿਹਾ ਕਿ ਅਮਰੀਕਨ ਸਿਟੀਜ਼ਨ ਆਪਣੇ ਸਪਾਊਸ ਨੂੰ ਕਰ ਸਕਦੇ ਹੈ, ਬੱਚੇ ਨੂੰ ਕਰ ਸਕਦੇ ਹੈ, ਇਮੀਡੀਏਟ ਫੈਮਿਲੀ ਨੂੰ ਕਰ ਸਕਦੇ ਹੈ। ਉਹਦੇ ਬਾਅਦ ਜਿਹੜੇ ਲੋਅਰ ਫਿਰ ਕੈਟੇਗਰੀ ਹੈ, ਉਹ ਫਿਰ ਬ੍ਰਦਰ ਸਿਸਟਰ ਦੀ ਹੈ। ਹਾਂਜੀ, ਕੈਨੇਡਾ ਦਾ ਸੁਜੈਸਟ ਕਰ ਦਿਓ, ਇੱਕ ਸੁਜੈਸ਼ਨ ਦੇ ਦਿਓ, ਫਿਰ ਐਵੇਂ ਤੁਹਾਡਾ ਟਾਈਮ ਨਾ ਵੇਸਟ ਕਰੀਏ, ਕਿਉਂਕਿ ਮੇਰੇ ਬਿਲਕੁਲ ਕੈਟੇਗਰੀ ਬਿਲਕੁਲ ਹੋ। ਬਿਲਕੁਲ ਠੀਕ ਹੈ। ਸਜੈਸ਼ਨ ਦੇ ਰਿਹਾ, ਟਾਈਮ ਵੇਸਟ ਨਾ ਹੋ। ਇਨ ਯੋਰ ਕੇਸ, ਤੁਹਾਡੇ ਕੇਸ 'ਚ ਤੁਹਾਨੂੰ ਕੋਈ ਜੌਬ ਆਫਰ ਚਾਹੀਦੀ ਹੈ, ਜੌਬ ਆਫਰ ਦੇ ਬਗੈਰ ਕੋਈ ਹੱਲ ਨਹੀਂ ਹੋ ਸਕਦਾ। ਇਸ ਕੰਡੀਸ਼ਨ ਜੌਬ ਆਫਰ ਲੈਣਾ ਤਾਂ ਬਰ ਪਤਾ, ਫਿਰ ਉਹ ਆਵਾਜ਼ ਬੜੀ, ਤੁਹਾਡੀ ਆਵਾਜ਼ ਤੁਹਾਡੀ ਕੱਟ ਰਹੀ ਹੈ। ਤੁਸੀਂ ਸ਼ਾਇਦ ਇਹ ਕਿਹਾ ਕਿ ਬੜਾ ਮੁਸ਼ਕਿਲ ਹੈ, ਮੁਸ਼ਕਿਲ ਤਾਂ ਹੈ ਹੀ, ਤਾਂ ਹੀ ਤਾਂ ਮੁਸ਼ਕਿਲ ਹੈ ਕੈਨੇਡਾ ਆਉਣਾ, ਕਿਉਂਕਿ ਜੌਬ ਆਫਰ ਦੇ ਬਗੈਰ ਹੋ ਨਹੀਂ ਸਕਦਾ। ਦੈਟ ਇਜ਼ ਅ ਪ੍ਰੋਬਲਮ, ਆਈ ਅੰਡਰਸਟੈਂਡ, ਪਰ ਕੀ ਕਰੀਏ।
ਚਲੋ ਜੀ, ਬਹੁਤ ਸ਼ੁਕਰੀਆ ਸਰ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਖੁਦਾ ਹਾਫਿਜ਼।